ਓਏ ਸ਼ਰਮਾ ਜੀ, ਇਹ ਬੇਫਿਕਰ ਦੀ ਉਮਰ ਦੇ ਵਿੱਚ ਇਹ ਗੋਡਿਆਂ ਦਾ ਦਰਦ ਲਈ ਕਿਉਂ ਬੈਠੇ ਹੋ? ਹਾਂ, ਹਰ ਕਿਸੇ ਦੀ ਕਿਸਮਤ ਤੁਹਾਡੇ ਵਰਗੀ ਨਹੀਂ ਹੁੰਦੀ ਅਨੂਪ ਜੀ, ਜਿਨ੍ਹਾਂ ਦੇ ਗੋਡੇ ਵੀ ਠੀਕ ਤੇ ਦਿਲ ਵੀ ਮਸਤ। ਅੱਛਾ ਬਈ, ਮੈਂ ਤੁਹਾਡੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦਾ, ਪਰ ਤੁਹਾਡੇ ਗੋਡਿਆਂ ਦਾ ਦਰਦ ਦੂਰ ਕਰ ਸਕਦਾ। ਇਹ ਹੈ ਔਰਥੋ ਬਾਮ, ਇਹਨੂੰ ਲਾਓ ਅਤੇ ਸਾਰੇ ਦਰਦਾਂ ਤੋਂ ਆਰਾਮ ਪਾਓ। ਤੁਸੀਂ ਕਿਸੇ ਦੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦੇ, ਪਰ ਗੋਡਿਆਂ ਦਾ ਦਰਦ ਤਾਂ ਦੂਰ ਕਰ ਸਕਦੇ ਹੋ। ਹਰ ਦਰਦ ਨੂੰ ਕਰੇ ਨਾਕਾਮ ਡੀ ਮਾਰਕ ਔਰਥੋ ਬਾਮ। ਰਿਸ਼ੀ ਵਿਸ਼ਰਵਾ ਅਤੇ ਰਾਕਸ਼ਸੀ ਕੇਕਸੀ ਦੇ ਪੁੱਤਰ ਰਾਵਣ ਨੂੰ ਅਨੀਤੀ, ਅਨਾਚਾਰ, ਦੰਭ, ਕਾਮ, ਕ੍ਰੋਧ, ਲੋਭ, ਅਧਰਮ ਅਤੇ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਉਸ ਤੋਂ ਨਫ਼ਰਤ ਕਰਦੇ ਨੇ। ਪਰ ਅਸਲੀ ਗੱਲ ਤਾਂ ਇਹ ਹੈ, ਦਸ਼ਾਨੰਦ ਰਾਵਣ 'ਚ ਜਿੰਨੇ ਮਰਜ਼ੀ ਰਾਕਸ਼ਸੀ ਤੱਤ ਹੋਣ, ਪਰ ਉਹਦੇ ਗੁਣਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਮੰਨਿਆ ਜਾਂਦਾ ਹੈ ਹਿਰਨਾਕਸ਼ਸ ਅਤੇ ਹਿਰਨਿਆਕਸ਼ਯਪ ਦੂਜੇ ਜਨਮ ਵਿੱਚ ਰਾਵਣ ਅਤੇ ਕੁੰਭਕਰਨ ਦੇ ਰੂਪ ਵਿੱਚ ਪੈਦਾ ਹੋਏ। ਅਸ਼ੁਭ ਸਮੇਂ ਵਿੱਚ ਗਰਭ ਧਾਰਨ ਕਰਨ ਨਾਲ ਕੇਕਸੀ ਨੂੰ ਰਾਵਣ ਵਰਗੇ ਪੁੱਤਰ ਦੀ ਪ੍ਰਾਪਤੀ ਹੋਈ। ਰਾਵਣ ਦੇ ਰੂਪ ਵਿੱਚ ਜਨਮ ਲੈਣ ਦੇ ਪਿੱਛੇ ਇੱਕ ਇਤਿਹਾਸ ਹੈ, ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਾਵਣ ਅਤੇ ਕੁੰਭਕਰਨ ਦੋਵੇਂ ਭਾਈ ਵਿਸ਼ਨੂੰ ਦੇ ਦੇਵਾਰ ਪਾਲ ਸਨ, ਜਿਨ੍ਹਾਂ ਦੇ ਨਾਂ ਜੈ ਅਤੇ ਵਿਜੇ ਸੀ। ਤੇ ਉਦੋਂ ਹੀ ਇੱਕ ਦਿਨ ਵਿਸ਼ਨੂੰ ਜੀ ਦੇ ਦਰਸ਼ਨ ਦੇ ਲਈ ਸਨਕ ਅਤੇ ਸਨਾਦਨ ਨਾਮ ਦੇ ਰਿਸ਼ੀ ਬੇਕੁੰਠ ਆਏ ਅਤੇ ਉਦੋਂ ਹੀ ਜੈ ਅਤੇ ਵਿਜੇ ਨੇ ਉਹਨਾਂ ਦਾ ਰਾਸਤਾ ਰੋਕ ਲਿਆ। ਤੁਸੀਂ ਅੰਦਰ ਨਹੀਂ ਜਾ ਸਕਦੇ। ਕਿਉਂ? ਤੁਹਾਡਾ ਅੰਦਰ ਜਾਣਾ ਮਨਾ ਹੈ। ਕੀ ਤੁਹਾਨੂੰ ਪਤਾ ਨਹੀਂ ਹੈ ਕਿ ਸਾਨੂੰ ਰਿਸ਼ੀਆਂ ਨੂੰ ਅੰਦਰ ਜਾਣ ਤੋਂ ਮਨਾ ਕਰ ਰਹੇ ਹੋ? ਇਹ ਸੁਣ ਕੇ ਰਿਸ਼ੀਆਂ ਨੂੰ ਗੁੱਸਾ ਆਉਂਦਾ ਹੈ ਅਤੇ ਉਹ ਦੋਵੇਂ ਭਾਈਆਂ ਨੂੰ ਸ਼ਰਾਪ ਦੇ ਦਿੰਦੇ ਨੇ। ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਕਿ ਤੂੰ ਹੁਣ ਰਾਕਸ਼ਸ ਬਣ ਜਾਏਗਾ। ਇਹ ਸੁਣ ਦੋਵੇਂ ਭਾਈ ਰਿਸ਼ੀਆਂ ਤੋਂ ਮਾਫ਼ੀ ਮੰਗਣ ਲੱਗੇ, ਪਰ ਰਿਸ਼ੀ ਉਹਨਾਂ ਦੀ ਇੱਕ ਨਹੀਂ ਸੁਣਦੇ। ਉਦੋਂ ਹੀ ਭਗਵਾਨ ਵਿਸ਼ਨੂੰ ਉੱਥੇ ਆਉਂਦੇ ਨੇ ਅਤੇ ਕਹਿੰਦੇ ਨੇ, ਇਹਨਾਂ ਤੋਂ ਗਲਤੀ ਹੋ ਗਈ ਹੈ, ਇਸ ਗਲਤੀ ਦੇ ਲਈ ਇਹਨਾਂ ਨੂੰ ਇੰਨੀ ਵੱਡੀ ਸਜ਼ਾ ਨਾ ਦਿਓ, ਤੁਸੀਂ ਇਹਨਾਂ ਨੂੰ ਮਾਫ਼ ਕਰ ਦਿਓ। ਭਗਵਾਨ ਵਿਸ਼ਨੂੰ ਦੀ ਗੱਲ ਸੁਣ ਕੇ ਰਿਸ਼ੀ ਆਪਣੇ ਦਿੱਤੇ ਹੋਏ ਸ਼ਰਾਪ ਦਾ ਅਸਰ ਘੱਟ ਕਰ ਦਿੰਦੇ ਨੇ ਅਤੇ ਕਹਿੰਦੇ ਨੇ, ਤੁਹਾਨੂੰ ਤਿੰਨ ਜਨਮਾਂ ਤੱਕ ਰਾਕਸ਼ਸ ਜੁਨੀ 'ਚ ਜਨਮ ਲੈਣਾ ਪਊਗਾ, ਉਸ ਤੋਂ ਬਾਅਦ ਤੁਸੀਂ ਦੋਵੇਂ ਫੇਰ ਇੱਥੇ ਆ ਜਾਓਗੇ। ਅਤੇ ਇਹ ਯਾਦ ਰੱਖਿਓ ਕਿ ਭਗਵਾਨ ਵਿਸ਼ਨੂੰ ਜਾਂ ਉਹਨਾਂ ਦੇ ਕਿਸੇ ਵੀ ਅਵਤਾਰ ਦੇ ਹੱਥੋਂ ਤੁਹਾਡਾ ਮਰਨਾ ਜ਼ਰੂਰੀ ਹੈ। ਜੋ ਰਿਸ਼ੀਆਂ ਨੇ ਕਿਹਾ ਉਹੀ ਜੈ ਅਤੇ ਵਿਜੇ ਦੇ ਨਾਲ ਹੋਇਆ। ਦੋਨਾਂ ਨੇ ਰਾਕਸ਼ਸ ਜੁਨੀ ਦੇ ਵਿੱਚ ਤਿੰਨ ਵਾਰ ਜਨਮ ਲਿਆ, ਜਿਸ ਦੇ ਵਿੱਚ ਪਹਿਲਾ ਜਨਮ ਹਿਰਨਾਕਸ਼ਸ ਅਤੇ ਹਿਰਨਿਆਕਸ਼ਯਪ ਦੇ ਰੂਪ ਵਿੱਚ ਹੋਇਆ, ਦੂਜਾ ਜਨਮ ਰਾਵਣ ਅਤੇ ਕੁੰਭਕਰਨ ਅਤੇ ਤੀਜਾ ਜਨਮ ਸ਼ਿਸ਼ੂਪਾਲ ਅਤੇ ਦੰਤ ਵਕਰ ਦੇ ਰੂਪ ਵਿੱਚ। ਰਾਵਣ ਇੱਕ ਬੁੱਧੀਮਾਨ ਇਨਸਾਨ ਅਤੇ ਤਾਕਤਵਰਤਾ ਸੀ, ਨਾਲ ਹੀ ਨਾਲ ਉਹ ਇੱਕ ਸ਼ਿਵ ਭਗਤ ਵੀ ਸੀ। ਉਹਦੀ ਸ਼ਿਵ ਭਗਤੀ ਦੇ ਚਰਚੇ ਹਰ ਜਗ੍ਹਾ ਸੀ। ਸ਼ਿਵ ਦੀ ਭਗਤੀ ਦੇ ਵਿੱਚ ਰਾਵਣ ਇੰਨਾ ਖੋ ਗਿਆ ਸੀ ਕਿ ਉਸ ਤੋਂ ਆਪਣੇ ਭਗਵਾਨ ਤੋਂ ਇੱਕ ਪਲ ਦੀ ਦੂਰੀ ਵੀ ਸਹੀ ਨਹੀਂ ਗਈ। ਇਸ ਲਈ ਉਹ ਖੁਦ ਸ਼ਿਵ ਨੂੰ ਆਪਣੇ ਨਾਲ ਲਿਜਾਣ ਦੇ ਲਈ ਕੈਲਾਸ਼ ਪਰਬਤ ਤੇ ਜਾ ਪਹੁੰਚਿਆ। ਉੱਥੇ ਜਾ ਕੇ ਉਹਨੇ ਕਿਹਾ, ਪ੍ਰਭੂ, ਮੈਂ ਤੁਹਾਨੂੰ ਲਿਜਾਣ ਦੇ ਲਈ ਇੱਥੇ ਆਇਆ ਹਾਂ, ਹੁਣ ਤੁਸੀਂ ਮੇਰੇ ਨਾਲ ਲੰਕਾ 'ਚ ਰਹੋਗੇ। ਇਹ ਸੁਣ ਕੇ ਭਗਵਾਨ ਸ਼ਿਵ ਜਾਣ ਦੇ ਲਈ ਤਿਆਰ ਨਾ ਹੋਏ। ਉਦੋਂ ਹੀ ਰਾਵਣ ਬੋਲਿਆ, ਜੇ ਤੁਸੀਂ ਜਾਣ ਦੇ ਲਈ ਤਿਆਰ ਨਾ ਹੋਏ ਤਾਂ ਮੈਂ ਕੈਲਾਸ਼ ਪਰਬਤ ਹੀ ਚੱਕ ਕੇ ਲੈ ਜਾਊਂਗਾ, ਫੇਰ ਤੁਹਾਨੂੰ ਉੱਥੇ ਮੇਰੇ ਨਾਲ ਰਹਿਣਾ ਹੀ ਪਊਗਾ। ਇੰਨਾ ਕਹਿੰਦੇ ਹੀ ਰਾਵਣ ਨੇ ਕੈਲਾਸ਼ ਪਰਬਤ ਆਪਣੇ ਹੱਥਾਂ ਨਾਲ ਚੱਕ ਲਿਆ। ਉਦੋਂ ਹੀ ਇਹ ਸਭ ਦੇਖ ਭਗਵਾਨ ਸ਼ਿਵ ਨੇ ਆਪਣਾ ਪੈਰ ਕੈਲਾਸ਼ ਤੇ ਰੱਖ ਦਿੱਤਾ, ਜਿਸ ਦੇ ਨਾਲ ਕੈਲਾਸ਼ ਦਾ ਭਾਰ ਰਾਵਣ ਸਹਿ ਨਾ ਸਕਿਆ ਅਤੇ ਉਹਦੀ ਉਂਗਲੀ ਪਰਬਤ ਦੇ ਨੀਚੇ ਦੱਬ ਗਈ ਅਤੇ ਉਹ ਦਰਦ ਦੇ ਮਾਰੇ ਚੀਕਣ ਲੱਗਿਆ। ਪਰ ਇੰਨੇ ਦਰਦ ਤੋਂ ਬਾਅਦ ਵੀ ਰਾਵਣ ਨੇ ਆਪਣੀ ਭਗਤੀ ਨਹੀਂ ਛੱਡੀ ਅਤੇ ਉਹ ਜ਼ੋਰ ਜ਼ੋਰ ਨਾਲ ਸ਼ਿਵ ਤਾਂਡਵ ਕਰਨ ਲੱਗਿਆ। ਇਹ ਦੇਖ ਭਗਵਾਨ ਸ਼ਿਵ ਹੈਰਾਨ ਹੋ ਗਏ ਅਤੇ ਉਹ ਬੋਲਣ ਲੱਗੇ, ਮੈਂ ਹੈਰਾਨ ਹਾਂ ਕਿ ਇੰਨੇ ਦਰਦ ਤੋਂ ਬਾਅਦ ਵੀ ਤੂੰ ਕਿਵੇਂ ਸ਼ਿਵ ਤਾਂਡਵ ਕਰ ਸਕਦਾ ਹੈ।
मैं खुश होया अते तेरी इस भक्ति नू देखते हुए मैं अज तो तेरा नाम रावण रखदा हां। रावण दा मतलब हुंदा है जोर जोर दी दहाड़ना। रावण दी शिव भक्ति इत्थे ही खत्म नहीं हुई। रावण शिव भगवान शिव नू खुश करन दे लई उन्हें एक यज्ञ कीता जिस दे विच उन्हें अपने सिरां दी बलि देन दे बारे सोचया। हे प्रभु तुहानू खुश करन दे लई मैं कुछ भी कर सकता हां। जे तुसी मेरे इस जग नाल खुश नहीं होए तो फिर मैं तुहानू अपने दस सिरां दी बलि देन दे लई तैयार हां। ऐ कहंदे ही रावण ने एक एक करके अपने सारे सिर कट के अग्नि नू समर्पित कर दिते। अपने भगत दी एहो जिही भक्ति देख भगवान शिव तो रहा ना गया अते उना नू रावण दे सामने प्रकट होना ही पिया। मैं तेरी भक्ति तो खुश होया रावण। तेरी वर्गे भक्त ने ना आज तक कदे भी इस धरती ते जन्म लिया है अते ना ही जन्म लूगा। रावण तू सिर्फ एक शिव भक्त ही नहीं बल्कि एक सब तो वड्डा ज्ञानी सारिया विद्यावां दा जानन वाला भी है। तू एक राक्षस होण दे नाल एक महान पंडित भी है। तेरे ज्ञान दे सामने वड्डे वड्डे देवता भी अपना सिर झुकांदे ने। तेरी इस भक्ति तो खुश होके मैं तेनू ये चंद्रहस्त खड़क दिना हां। रावण दे शिव दे लई भक्ति इन्नी ज्यादा सी कि उन्हें अपने इस ज्ञान दे बल ते रावण शिव तांडव स्रोतम दी रचना कीती। ओए शर्मा जी ए बेफिक्र दी उम्र दे विच ए गोड्यां दा दर्द लई क्यों बैठे हो? हां हर किसी दी किस्मत तुहाडे वर्गे नहीं हुंदी अनूप जी। जिन्हां दे गोडे भी ठीक ते दिल भी मस्त। अच्छा भाई मैं तुहाडे दिल दा दर्द तां नहीं दूर कर सकदा पर तुहाडे गोड्यां दा दर्द दूर कर सकदा। ए है ऑर्थो बाम इहनू लाओ अते सारे दर्दां तों आराम पाओ। ਤੁਸੀਂ ਕਿਸੇ ਦੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦੇ ਪਰ ਗੋਡਿਆਂ ਦਾ ਦਰਦ ਤਾਂ ਦੂਰ ਕਰ ਸਕਦੇ ਹੋ। ਹਰ ਦਰਦ ਨੂੰ ਕਰੇ ਨਾਕਾਮ ਡੀ ਮਾਰਕ ਔਰਥੋਬਾਮ। ਨਾਲ ਹੀ ਰਾਵਣ ਨੇ ਆਪਣੇ ਗਿਆਨ ਦੇ ਬਲ ਤੇ ਲਾਲ ਕਿਤਾਬ ਅਤੇ ਰੁਦਰ ਵਿਨਾ ਦੀ ਰਚਨਾ ਵੀ ਕੀਤੀ ਸੀ ਜੋ ਕਿ ਮਾਂ ਸਰਸਵਤੀ ਦੇ ਹੱਥਾਂ ਵਿੱਚ ਦਿਖਦੀ ਹੈ। ਰਾਵਣ ਨੂੰ ਸਭ ਇੱਕ ਅਹੰਕਾਰੀ ਬੰਦੇ ਦੇ ਰੂਪ ਵਿੱਚ ਦੇਖਦੇ ਨੇ ਪਰ ਇਹ ਪੂਰਾ ਸੱਚ ਨਹੀਂ ਹੈ। ਉਹ ਇੱਕ ਚੰਗਾ ਬੰਦਾ ਵੀ ਸੀ ਜਿਹਦਾ ਇੱਕ ਉਦਾਹਰਣ ਇਹ ਹੈ ਕਿ ਇੱਕ ਵਾਰ ਰਾਵਣ ਅਤੇ ਉਹਦੇ ਭਾਈ ਕੁੰਭਕਰਨ ਅਤੇ ਭਵਿਸ਼ਨ ਯੱਗ ਕਰ ਰਹੇ ਸੀ ਤੇ ਉਦੋਂ ਹੀ ਉੱਥੇ ਬ੍ਰਹਮ ਦੇਵ ਆਏ। ਮੈਂ ਤੁਹਾਡੀ ਤਪੱਸਿਆ ਤੋਂ ਖੁਸ਼ ਹੋਇਆ। ਦੱਸੋ ਤੁਹਾਨੂੰ ਕੀ ਚਾਹੀਦਾ ਹੈ? ਮੈਨੂੰ ਨਿੰਦਰਾਸਨ ਚਾਹੀਦਾ ਹੈ। ਕੁੰਭਕਰਨ ਦੇ ਮੂੰਹ 'ਚ ਸਰਸਵਤੀ ਦੇਵੀ ਦੇ ਬੈਠਣ ਦੇ ਕਾਰਨ ਉਹਨੇ ਇੰਦਰਾਸਨ ਦੀ ਜਗ੍ਹਾ ਨਿਦਰਾਸਨ ਮੰਗ ਲਿਆ ਜਿਸ ਤੋਂ ਬਾਅਦ ਉਹ ਉਮਰ ਭਰ ਦੇ ਲਈ ਸੋ ਗਿਆ। ਇਹ ਦੇਖ ਕੇ ਰਾਵਣ ਨੂੰ ਬਹੁਤ ਦੁੱਖ ਹੋਇਆ ਅਤੇ ਉਹਨੇ ਆਪਣੇ ਭਾਈ ਦੇ ਇਸ ਵਰਦਾਨ ਦੇ ਅਸਰ ਨੂੰ ਘੱਟ ਕਰਨ ਦੇ ਲਈ ਫਿਰ ਤਪ ਕਰਨਾ ਸ਼ੁਰੂ ਕੀਤਾ। ਉਹਦਾ ਤਪ ਕੰਮ ਆਇਆ ਅਤੇ ਬ੍ਰਹਮ ਦੇਵ ਨੇ ਰਾਵਣ ਨੂੰ ਫਿਰ ਦਰਸ਼ਨ ਦਿੱਤੇ। ਬ੍ਰਹਮ ਦੇਵ ਇਹ ਮੇਰੇ ਭਾਈ ਨੂੰ ਕਿਹੋ ਜਿਹਾ ਵਰਦਾਨ ਮਿਲਿਆ ਹੈ ਜਿਹੜਾ ਕਿ ਕਿਸੇ ਵੀ ਸ਼ਰਾਬ ਤੋਂ ਘੱਟ ਨਹੀਂ। ਇਸ ਤਰ੍ਹਾਂ ਸਾਰੀ ਜ਼ਿੰਦਗੀ ਸੌਣ ਦੇ ਨਾਲ ਉਹ ਇੱਕ ਮਰੇ ਹੋਏ ਬੰਦੇ ਵਾਂਗੂ ਆਪਣਾ ਜੀਵਨ ਕੱਟੂਗਾ। ਕਿਰਪਾ ਕਰਕੇ ਇਹਨੂੰ ਵਾਪਸ ਲੈ ਲਓ। ਇਹ ਵਰਦਾਨ ਵਾਪਸ ਤਾਂ ਨਹੀਂ ਲਿਆ ਜਾ ਸਕਦਾ ਪਰ ਹਾਂ ਮੈਂ ਇਸ ਵਰਦਾਨ ਦਾ ਅਸਰ ਘੱਟ ਕਰ ਦਊਂਗਾ। ਕੁੰਭਕਰਨ ਸਾਰੀ ਜ਼ਿੰਦਗੀ ਨਹੀਂ ਸਾਲ ਵਿੱਚ 6 ਮਹੀਨੇ ਹੀ ਸੋਊਗਾ। ਇੱਕ ਦਿਨ ਜਾ ਕੇ ਉਹ ਆਪਣੇ ਸਾਰੇ ਕੰਮ ਕਰ ਸਕਦਾ ਹੈ ਅਤੇ ਫਿਰ 6 ਮਹੀਨੇ ਲਈ ਉਹ ਸੋ ਜਾਇਆ ਕਰੇਗਾ। ਇਸ ਤਰ੍ਹਾਂ ਹੀ ਆਪਣੇ ਜੀਵਨ ਵਿੱਚ ਰਾਵਣ ਨੇ ਕਈ ਇਹੋ ਜਿਹੇ ਕੰਮ ਕੀਤੇ ਜਿਹੜੇ ਇਹ ਦੱਸਦੇ ਨੇ ਕਿ ਰਾਵਣ ਇੱਕ ਚੰਗਾ ਬੰਦਾ ਵੀ ਸੀ। ਉੱਥੇ ਹੀ ਆਪਣੀ ਭੈਣ ਦੇ ਅਪਮਾਨ ਦਾ ਬਦਲਾ ਲੈਣ ਦੇ ਲਈ ਉਹਨੇ ਸੀਤਾ ਦਾ ਹਰਣ ਕਰ ਲਿਆ ਜਿਹੜੀ ਰਾਵਣ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਅਤੇ ਮੌਤ ਦਾ ਕਾਰਨ ਬਣੀ। ਪਰ ਇਸ ਦੌਰਾਨ ਰਾਵਣ ਨੇ ਮਾਤਾ ਸੀਤਾ ਨੂੰ ਲੰਕਾ 'ਚ 14 ਸਾਲ ਰੱਖਣ ਤੋਂ ਬਾਅਦ ਵੀ ਉਹਨੇ ਕਦੇ ਵੀ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ। ਪਰ ਭੈਣ ਸੂਰਪ ਨਖਾ ਦੇ ਅਪਮਾਨ ਦਾ ਬਦਲਾ ਲੈਣ ਦੇ ਕਾਰਨ ਗੱਲ ਰਾਮ ਅਤੇ ਰਾਵਣ ਦੇ ਯੁੱਧ ਤੱਕ ਪਹੁੰਚ ਗਈ। ਉਦੋਂ ਹੀ ਯੁੱਧ ਤੋਂ ਇੱਕ ਦਿਨ ਪਹਿਲਾਂ ਹੀ ਭਗਵਾਨ ਰਾਮ ਨੂੰ ਇੱਕ ਯੱਗ ਕਰਨਾ ਸੀ ਜਿਸ ਦੇ ਵਿੱਚ ਇੱਕ ਪੰਡਿਤ ਦੀ ਜ਼ਰੂਰਤ ਸੀ। ਇਸ ਯੱਗ ਨੂੰ ਪੂਰਾ ਕਰਨ ਦੇ ਲਈ ਮਹਾਨ ਪੰਡਿਤ ਦੀ ਜ਼ਰੂਰਤ ਹੈ ਜਿਹੜਾ ਸਭ ਕੁਝ ਜਾਣਦਾ ਹੋਵੇ ਅਤੇ ਜਿਹੜਾ ਇੱਕ ਮਹਾਂ ਗਿਆਨੀ ਵੀ ਹੋਵੇ। ਪ੍ਰਾਤਾ ਸ਼੍ਰੀ
संसार विच एहो जिहा बंदा सिर्फ रावण ही है। तो फिर आपां रावण नूं साडे इस जग नूं पूरा करन दे लई बुलावांगे। पर की रावण इत्थे आऊगा? ओह एक शिव भगत है अते भगवान शिव दी पूजा दे लई ओह जरूर आऊगा। राम वल्लों शिव पूजा दा निमंत्रण मिलन ते रावण मना ना कर पाया अते ओह भगवान राम दे यज्ञ नूं पूरा करन दे लई उहनां दे कोल पहुंच गया। उदों ही यज्ञ पूरा होण तों बाद भगवान राम रावण तों आशीर्वाद मंगदे ने। मैनूं आशीर्वाद दो कि इस युद्ध विच मैं जित जावां। तथास्तु। आशीर्वाद दिंदे समय रावण नूं इह पता सी कि ओह भगवान राम नूं आशीर्वाद दे के अपनी हार दी कामना कर रहा है, पर अपने अहंकार नूं दूर रखदे होए उहने प्यार नाल कहा, इस संसार चो नीति राजनीति अते शक्ति दा महान पंडित विदा लै रहा है, तुसी उहदे कोल जाओ अते उस तों जीवन दी शिक्षा लै लो जो होर कोई नहीं दे सकता। अपने वड्डे भाई दी गल मन के लक्ष्मण रावण दे कोल जीवन शिक्षा लैण दे लई जांदे ने। लक्ष्मण जी नूं अपने कोल देख रावण उहनां नूं अपने जीवन भर दा ज्ञान लक्ष्मण नूं दसदे ने। जीवन च सुखी अते सफल रहन दे लई मैं तेनू तीन गल्लां दसदा हां। पहली, जीवन च चंगा काम जिन्नी जल्दी हो सके कर दई अते माड़े काम नूं जिन्ना टाल सके उनू टाल दई। मैं श्री राम नूं पहचान नहीं पाया इसलिए मेरी ये हालत हो गई है। दूसरी, ए अपने शत्रु नूं कदे भी अपने तो छोटा नहीं समझना चाहिदा। मैं जिन्हू आम बंदे भालू अते बानर समझिया उन्होंने मेरी पूरी सेना नू खत्म कर दिता। अते तीजी गल ए कि अपने जीवन दा राज किसे नू नहीं दसना चाहिदा क्योंकि मैं अपने मौत दा राज भविष्य नू दस दिता सी। ऐ बोल के एक एहो जहे बंदे ने दम तोड़ दिता जिन्ने अपने जीवन च अपने आप नू हर काम च अग्गे रखिया। चाहे किसे तो ज्ञान लेना होवे या फिर किसे नू ज्ञान देना होवे अपने आप नू रावण ने हर गुण विच पूरा कर लिया सी, पर अपने अहंकार अते माता सीता दे अपहरण दे कारण ओनू अपने प्राण देने पए। रावण ने कठोर तपस्या नाल पाए अपने 10 सिरां दा सही अते वधिया इस्तेमाल कीता हुंदा ता शायद इतिहास विच अपनी अखंड विद्या दे लई अमर हो जांदा ते लोकी उस तो नफरत नहीं करदे बल्कि ओदी पूजा करदे। जे थोनू ए वीडियो पसंद आया होवे ता लाइक शेयर कमेंट जरूर करियो ते सब तो पहला साडे वीडियोस देखण लई चैनल सब्सक्राइब करो ते बैल आइकन ते क्लिक करना ना भुल्लियो। तुसी किसे दे दिल दा दर्द नहीं दूर कर सकदे पर गोड्यां दा दर्द दूर कर सकदे हो। हर दर्द नूं करे नाकाम डी मार्क ऑर्थोबाम।